ਬਲਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਣਗੇ ਪੇਸ਼। ਬੋਲੇ ਨਿਮਾਣੇ ਸਿੱਖ ਵਜੋਂ ਮੇਰਾ ਰੋਮ ਰੋਮ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ। ਬਾਗੀ ਧੜੇ ਦੀ ਸ਼ਿਕਾਇਤ ਤੇ ਸਿੰਘ ਸਹਿਬਾਨਾ ਨੇ ਕੀਤਾ ਹੈ ਤੰਗ। ਸੁਖਬੀਰ ਬਾਦਲ ਵੱਲੋਂ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਦੇ ਫੈਸਲੇ ਤੇ ਬੋਲਿਆ ਬਾਗੀ ਧੜਾ। ਕਿਹਾ ਜੇ ਸੁਖਬੀਰ ਬਾਦਲ ਵਿਧੀ ਵਿਧਾਨ ਮੁਤਾਬਕ ਮੰਗਦੇ ਨੇ ਮਾਫ਼ੀ ਤਾਂ ਚੰਗੀ ਗੱਲ, ਪਰ ਕੁਰਸੀ ਦਾ ਕਰਨਾ ਹੋਏਗਾ ਤਿਆਗ। IG ਪਰਮਰਾਜ ਉਮਰਾ ਨੰਗਲ ਦੀ ਪਟੀਸ਼ਨ ਤੇ ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਸਵਾਲ। ਕਿਹਾ ਸਸਪੈਂਸ਼ਨ ਦੌਰਾਨ ਦੀ ਬਕਾਇਆ ਸੈਲਰੀ ਕਿਉਂ ਨਹੀਂ ਕੀਤੀ ਜਾਰੀ? ਜੇ 8 ਅਗਸਤ ਤੱਕ ਨਾ ਕੀਤੀ ਪੇਮੈਂਟ ਤਾਂ ਗ੍ਰਹਿ ਸਕੱਤਰ ਨੂੰ ਹੋਣਾ ਪਏਗਾ ਪੇਸ਼। ਸ਼ੰਭੂ ਬਾਰਡਰ ਖੁੱਲ੍ਹਣ ਤੇ ਮੁੜ ਦਿੱਲੀ ਕੂਚ ਕਰਨਗੀਆਂ ਕਿਸਾਨ ਜਥੇਬੰਦੀਆਂ। ਜਗਜੀਤ ਸਿੰਘ ਡੱਲੇਵਾਲ ਬੋਲੇ, ਅਸੀਂ ਦਿੱਲੀ ਲਈ ਆਏ ਸੀ, ਦਿੱਲੀ ਹੀ ਜਾਵਾਂਗੇ। ਹਾਈਕੋਰਟ ਨੇ ਦਿੱਤੇ ਹੋਏ ਨੇ ਬਾਰਡਰ ਖੋਲ੍ਹਣ ਦੇ ਹੁਕਮ। ਸ਼ੁਭਕਰਨ ਦੀ ਮੌਤ ਦੀ FSL ਰਿਪੋਰਟ 'ਤੇ ਵੀ ਕਿਸਾਨ ਜਥੇਬੰਦੀਆਂ ਨੇ ਚੱਕੇ ਸਵਾਲ। ਬੋਲੇ, ਕਿਸਾਨਾਂ ਨੂੰ ਬਦਨਾਮ ਕਰਨ ਲਈ ਲਿਆਂਦੀ ਸ਼ਾਰਟਗਨ ਦੀ ਗੱਲ, ਸਰਕਾਰਾਂ ਪਹਿਲਾਂ ਵੀ ਰਿਪੋਰਟਾਂ ਕਰਦੀਆਂ ਰਹੀਆਂ ਨੇ ਪ੍ਰਭਾਵਿਤ। ਕਿਸਾਨ ਨਵਦੀਪ ਜਲਬੇੜਾ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ। ਅੰਬਾਲਾ ਪੁਲਿਸ ਨੇ ਨਵਦੀਪ ਨੂੰ ਕੀਤਾ ਸੀ ਗ੍ਰਿਫਤਾਰ। ਨਵਦੀਪ ਦੀ ਰਿਹਾਈ ਲਈ ਕਿਸਾਨਾਂ ਨੇ ਕੀਤਾ ਸੀ ਪ੍ਰਦਰਸ਼ਨ ਦਾ। ਮੋਹਾਲੀ 'ਚ ਪੁਲਿਸ ਨੇ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ 2 ਬਦਮਾਸ਼ ਕੀਤੇ ਗ੍ਰਿਫਤਾਰ। ਪਿੱਛਾ ਕਰਕੇ ਬਦਮਾਸ਼ਾਂ ਨੂੰ ਫੜਿਆ, ਚੋਰੀ ਦੀ ਬੁਲਟ ਤੇ ਫਰਾਰ ਹੋਣ ਦੀ ਕਰ ਰਹੇ ਸੀ ਕੋਸ਼ਿਸ਼। ਚੰਡੀਗੜ੍ਹ 'ਚ ਮੌਨਸੂਨ ਦਾ ਭਰਵਾਂ ਮੀਂਹ, ਕਈ ਇਲਾਕੇ ਹੋਏ ਜਲ ਥਲ। ਸੜਕਾਂ 'ਤੇ ਆਵਾਜਾਈ 'ਚ ਹੋਈ ਭਾਰੀ ਪਰੇਸ਼ਾਨੀ, ਤਾਪਮਾਨ 'ਚ ਆਈ ਗਿਰਾਵਟ। ਸਤਿ ਸ਼੍ਰੀ ਅਕਾਲ, ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। 7 ਵਾਲੀਆਂ ਖਬਰਾਂ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ। ਸ਼ੁਰੂਆਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀ ਖਬਰ ਤੋਂ। ਅਕਾਲੀ ਦਲ ਦੇ ਪ੍ਰਧਾਨ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ 'ਤੇ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਿਆਨ ਆਇਆ ਅਤੇ ਉਹਨਾਂ ਨਿਮਾਣੇ ਸਿੱਖ ਵਜੋਂ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਦੀ ਗੱਲ ਕਹੀ ਹੈ। ਤਾਂ ਉੱਧਰ ਬਾਗੀ ਧੜੇ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਪ੍ਰਧਾਨਗੀ ਤਿਆਗਣ, ਲੋਕ ਫਿਰ ਹੀ ਮਾਫ਼ ਕਰਨ। ਪੰਜ ਸਿੰਘ ਸਹਿਬਾਨਾਂ ਵੱਲੋਂ ਤਲਬ ਕਰਨ ਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਿਆਨ ਸਾਹਮਣੇ ਆਇਆ। ਉਹਨਾਂ ਕਿਹਾ ਕਿ ਨਿਮਾਣੇ ਸਿੱਖ ਵਜੋਂ ਮੇਰਾ ਰੋਮ ਰੋਮ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ ਅਤੇ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੇ ਅਨੁਸਾਰ ਪੇਸ਼ ਹੋਵਾਂਗਾ। ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਕਿ ਇੱਕ ਸ਼ਰਧਾਵਾਨ ਅਤੇ ਨਿਮਾਣੇ ਸਿੱਖ ਵਜੋਂ ਮੇਰਾ ਰੋਮ ਰੋਮ ਅਤੇ ਸਵਾਸ ਸਵਾਸ ਚਵਰ ਛਤਰ ਤਖ਼ਤ ਦੇ ਮਾਲਿਕ ਯੁੱਗ ਯੁੱਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਮੀਰੀ ਪੀਰੀ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਸਮਰਪਿਤ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ ਦਾਸ ਅਥਾਹ ਸ਼ਰਧਾ ਅਤੇ ਨਿਮਰਤਾ ਸਹਿਤ ਸਰਵਉੱਚ ਅਸਥਾਨ 'ਤੇ ਪੇਸ਼ ਹੋਵੇਗਾ। ਇੱਕ ਗਲਤ ਫੈਸਲਾ, ਜਿਵੇਂ ਡੇਰਾ ਮੁਖੀ ਨੂੰ ਮਾਫ਼ੀ ਵਾਲਾ ਗਲਤ ਫੈਸਲਾ ਸੀ ਅਤੇ ਸਾਨੂੰ ਕਿੱਥੋਂ ਲਿਆ ਕੇ ਕਿੱਥੇ ਖੜਿਆ ਕਰਤਾ? ਅਤੇ ਜੇ ਅੱਜ ਵੀ ਕਿਸੇ ਲਿਹਾਜ਼ਾਤਨ ਤੌਰ 'ਤੇ ਜਾਂ ਕਿਸੇ ਨਾ ਕਿਸੇ ਤਰੀਕੇ ਕੋਈ ਨਾ ਕੋਈ ਮੈਂ ਕਹਿ ਲਿਆ ਕਿ ਮਰਜ਼ਾਦਾ ਦੇ ਉਲਟ ਜਾਂ ਮਰਜ਼ਾਦਾ ਨੂੰ ਨਿਗਾਹ 'ਚ ਰੱਖ ਕੇ ਨਾ ਕੋਈ ਫੈਸਲਾ ਹੋਇਆ, ਸੰਗਤ ਨੇ ਪ੍ਰਵਾਨ ਨਾ ਕੀਤਾ, ਤਾਂ ਫਿਰ ਜਿਹੜੀ ਹੈ ਉਹ ਮਹਾਨਤਾ ਵੀ ਡਿੱਗੇਗੀ ਅਤੇ ਆਉਣ ਵਾਲੇ ਸਮੇਂ 'ਚ ਜਨਰਲ ਇਲੈਕਸ਼ਨ ਹੋਣੇ, SGPC ਵੀ ਕਿਸੇ ਹੋਰ ਹੱਥਾਂ 'ਚ ਹੋਏਗੀ। ਅੱਜ ਮੈਂ ਇਹ ਸਮਝਦਾ ਕਿ ਮੈਂ ਆਪਣੇ ਆਪ 'ਚ ਸ਼ਰਮਿੰਦਾ ਹਾਂ ਕਿ ਜਿਹੜੇ ਇਹ ਬਾਗੀ ਧੜੇ ਦੇ ਲੋਕ ਆ, ਜਿਹੜੇ ਅਕਾਲ ਤਖ਼ਤ ਸਾਹਿਬ ਦੇ ਕੇ ਆਏ ਸੀ ਅਰਜ਼ੀ ਅਤੇ ਹੱਥ ਬੰਨ ਕੇ ਖੜ੍ਹੇ ਸੀ ਅਕਾਲ ਤਖ਼ਤ ਮੂਹਰੇ, ਅੱਜ ਉਹ ਅਕਾਲ ਤਖ਼ਤ ਸਾਹਿਬ ਨੂੰ ਡਿਕਟੇਟ ਕਰ ਰਹੇ ਆ। ਬੜੀ ਹੈਰਾਨੀ ਇਸ ਗੱਲ ਦੀ ਕਿ ਤੁਸੀਂ ਕੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ 'ਤੇ ਵਿਸ਼ਵਾਸ ਨਹੀਂ ਕਰਦੇ? ਕੀ ਤੁਹਾਨੂੰ ਉਹਨਾਂ ਦੇ ਇਤਬਾਰ ਨਹੀਂ ਹੈਗਾ? ਅਤੇ ਅੱਜ ਤੁਸੀਂ ਆਪਣੇ ਆਪ ਨੂੰ ਐਡੇ ਮਹਾਨ ਸਮਝ ਗਏ ਕਿ ਤੁਸੀਂ ਜਥੇਦਾਰ ਸਾਹਿਬ ਨੂੰ ਡਿਕਟੇਟ ਕਰ ਰਹੇ ਹੋ? ਬੜੀ ਬੜੀ ਮੰਦਭਾਗੀ ਗੱਲ ਆ।
ਤਾਂ ਉੱਥੇ ਸੁਖਬੀਰ ਸਿੰਘ ਬਾਦਲ ਦੇ ਫੈਸਲੇ ਤੇ ਬਾਗੀ ਧੜੇ ਦਾ ਬਿਆਨ ਵੀ ਸਾਹਮਣੇ ਆਇਆ। ਜਿੱਥੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ ਉੱਥੇ ਜਥੇਦਾਰ ਸਾਹਿਬ ਤੋਂ ਵੀ ਮੰਗ ਕੀਤੀ ਹੈ ਕਿ ਜਥੇਦਾਰ ਮਰਿਆਦਾ ਦੇ ਮੁਤਾਬਿਕ ਫੈਸਲਾ ਸੁਣਾਉਣ ਤੇ ਨਾਲ ਇਹ ਵੀ ਕਹਿ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤਿਆਗਣ, ਲੋਕ ਫਿਰ ਹੀ ਮਾਫ਼ ਕਰਨਗੇ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ 5 ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਈ ਸੀ ਤੇ ਸਿੰਘ ਸਾਹਿਬਾਨਾਂ ਨੇ ਬਾਗੀ ਧੜੇ ਦੀ ਸ਼ਿਕਾਇਤ ਤੇ 15 ਦਿਨਾਂ ਦੇ ਅੰਦਰ ਅੰਦਰ ਸੁਖਬੀਰ ਸਿੰਘ ਬਾਦਲ ਤੋਂ ਜਵਾਬ ਮੰਗਿਆ। ਸਿੰਘ ਸਾਹਿਬਾਨਾਂ ਨੇ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੁੱਜੀ ਸ਼ਿਕਾਇਤ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ, ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਦੋਸ਼ਾਂ ਦਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਤੌਰ 'ਤੇ ਪੇਸ਼ ਹੋ ਕੇ ਲਿਖਤੀ ਰੂਪ ਵਿੱਚ ਦੇਣ ਦੇ ਲਈ ਕਿਹਾ ਗਿਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ 90 ਲੱਖ ਦੇ ਇਸ਼ਤਿਹਾਰ ਦੇਣ ਦੇ ਕੁਝ ਅਕਾਲੀ ਆਗੂਆਂ ਵੱਲੋਂ ਲਾਏ ਦੋਸ਼ਾਂ ਸੰਬੰਧੀ ਸਪਸ਼ਟੀਕਰਨ ਮੰਗਿਆ ਗਿਆ ਅਤੇ ਤਲਬ ਹੋਣ ਦੇ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਨੇ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਦਾ ਫੈਸਲਾ ਲਿਆ। ਚੰਡੀਗੜ੍ਹ ਤੋਂ ਨਪਿੰਦਰ ਸਿੰਘ ਬਰਾੜ, ਨਿਊਜ਼ 18 ਪੰਜਾਬ। ਤੇ ਹੁਣ ਗੱਲ ਕਿਸਾਨੀ ਦੀ। ਸ਼ੰਭੂ ਬਾਰਡਰ ਕਦੋਂ ਖੁੱਲ੍ਹੇਗਾ, ਇਹ ਸਵਾਲ ਹਜੇ ਬਰਕਰਾਰ ਹੈ ਤਾਂ ਇਸੇ ਵਿਚਾਲੇ ਕਿਸਾਨਾਂ ਨੇ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ। ਸਾਫ਼ ਕੀਤਾ ਕਿ ਰਸਤਾ ਖੁੱਲ੍ਹਦਿਆਂ ਹੀ ਦਿੱਲੀ ਵੱਲ ਕੂਚ ਕੀਤਾ ਜਾਵੇਗਾ। ਤਾਂ ਉੱਧਰ ਹਰਿਆਣਾ ਸਰਕਾਰ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 22 ਜੁਲਾਈ ਨੂੰ ਸੁਣਵਾਈ ਹੋਏਗੀ। ਫਿਲਹਾਲ ਸ਼ੰਭੂ ਬਾਰਡਰ ਖੁੱਲ੍ਹਣ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ। ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਹੋਇਆ ਪਰ ਇਸ ਦੇ ਵਿਚਾਲੇ ਕਿਸਾਨਾਂ ਨੇ ਪਹਿਲਾਂ ਹੀ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ। ਕਿਸਾਨਾਂ ਨੇ ਸਾਫ਼ ਕੀਤਾ ਕਿ ਰਸਤਾ ਖੁੱਲ੍ਹਦਿਆਂ ਹੀ ਅਸੀਂ ਦਿੱਲੀ ਕੂਚ ਕਰਾਂਗੇ ਅਤੇ ਜਿਵੇਂ ਹੀ ਰਸਤਾ ਖੁੱਲ੍ਹੇਗਾ ਅਸੀਂ ਸਮਾਨ ਚੁੱਕ ਕੇ ਦਿੱਲੀ ਜਾਵਾਂਗੇ। ਅਤੇ ਨਾਲ ਇਹ ਵੀ ਕਿਹਾ ਕਿ ਕਿਸਾਨਾਂ ਨੇ ਨਹੀਂ, ਹਰਿਆਣਾ ਸਰਕਾਰ ਨੇ ਰਾਹ ਬੰਦ ਕੀਤਾ ਹੋਇਆ। ਰਸਤਾ ਕਿਸਾਨੋਂ ਨੇ ਨਾ ਰੋਕਾ ਥਾ ਨਾ ਰਸਤਾ ਰੋਕਣੇ ਕੀ ਕੋਈ ਹਮਾਰੀ ਭਾਵਨਾ ਥੀ, ਲੇਕਿਨ ਹਮ ਤੋ ਦਿੱਲੀ ਕੇ ਲੀਏ ਨਿਕਲੇ ਥੇ, ਰਸਤਾ ਤੋ ਹਮਾਰੇ ਆਨੇ ਸੇ 5-6 ਦਿਨ ਪਹਿਲੇ ਹੀ ਬੰਦ ਹੋ ਗਿਆ ਥਾ, ਤੋ ਕਿਸਾਨੋਂ ਕੋ ਬਦਨਾਮ ਕਰਨੇ ਕੇ ਲੀਏ ਇੱਕ ਨੈਰੇਟਿਵ ਸਿਰਜਨੇ ਕਾ ਪ੍ਰਯਾਸ ਕੀਆ ਗਿਆ। ਜਬ ਵੀ ਰਸਤਾ ਖੁੱਲ੍ਹਤਾ ਹੈ, ਰਸਤਾ ਖੁੱਲ੍ਹਣੇ ਕੇ ਬਾਅਦ ਹਮ ਆਪਣਾ ਤਾਮ ਜਾਮ ਇਕੱਠਾ ਕਰੇਂਗੇ, ਸਮਾਨ ਇਕੱਠਾ ਕਰੇਂਗੇ ਔਰ ਉਸਕੇ ਬਾਅਦ ਹਮਾਰਾ ਪ੍ਰੋਗਰਾਮ ਹੈ ਜੋ ਹਮ ਦਿੱਲੀ ਕੀ ਤਰਫ ਮਤਲਬ ਕੂਚ ਕਰੇਂਗੇ। ਉੱਧਰ ਡੱਬਵਾਲੀ ਦੇ ਵਿੱਚ ਪੁਲਿਸ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ BKJU ਸਿੱਧੂਪੁਰ ਦੇ ਨਾਲ ਸੰਬੰਧਿਤ ਕੁਝ ਕਿਸਾਨਾਂ ਨੇ ਡੱਬਵਾਲੀ ਬਾਰਡਰ ਦੇ ਜ਼ਰੀਏ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਤੁਰੰਤ ਹਰਕਤ ਵਿੱਚ ਆਈ। ਬੈਰੀਕੇਡਿੰਗ ਕੀਤੀ ਗਈ ਅਤੇ ਬਾਰਡਰ 'ਤੇ ਹੀ ਕਿਸਾਨਾਂ ਨੂੰ ਰੋਕ ਲਿਆ ਗਿਆ ਅਤੇ ਪੁਲਿਸ ਦੇ ਰੋਕਣ 'ਤੇ ਕਿਸਾਨ ਸੜਕ 'ਤੇ ਹੀ ਬੈਠ ਗਏ। ਜ਼ਿਕਰਯੋਗ ਹੈ ਕਿ ਹਰਿਆਣਾ ਸਰਕਾਰ ਨੇ ਹਾਈਕੋਰਟ ਦੇ ਆਦੇਸ਼ਾਂ ਦੇ ਖਿਲਾਫ਼ ਸੁਪਰੀਮ ਕੋਰਟ ਦਾ ਰੁਖ ਕੀਤਾ ਜਿਸ 'ਤੇ 22 ਜੁਲਾਈ ਨੂੰ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ 1 ਹਫ਼ਤੇ ਦੇ ਅੰਦਰ ਸ਼ੰਭੂ ਬਾਰਡਰ ਖੋਲ੍ਹਣ ਦੇ ਆਦੇਸ਼ ਦਿੱਤੇ ਸਨ ਜਿਸ ਦੀ ਡੈਡਲਾਈਨ 16 ਜੁਲਾਈ ਨੂੰ ਖਤਮ ਹੋ ਗਈ ਹੈ। ਚੰਡੀਗੜ੍ਹ ਤੋਂ ਪੰਕਜ ਕਪਾਹੀ, ਨਿਊਜ਼ 18 ਪੰਜਾਬ। ਤੇ ਉੱਧਰ ਸ਼ੁਭਕਰਨ ਦੀ ਮੌਤ ਬਾਰੇ ਆਈ FSL ਰਿਪੋਰਟ ਤੇ ਕਿਸਾਨ ਜਥੇਬੰਦੀਆਂ ਨੇ ਸਵਾਲ ਚੱਕੇ ਨੇ ਔਰ ਇਸ ਰਿਪੋਰਟ ਬਾਰੇ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਕਿਸਾਨਾਂ ਨੂੰ ਬਦਨਾਮ ਕਰਨ ਲਈ ਸ਼ਾਰਟਗਨ ਦੀ ਗੱਲ ਕਹੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰਾਂ ਪਹਿਲਾਂ ਵੀ ਰਿਪੋਰਟਾਂ ਨੂੰ ਪ੍ਰਭਾਵਿਤ ਕਰਦੀਆਂ ਨੇ। ਦਰਅਸਲ FSL ਦੀ ਜੋ ਰਿਪੋਰਟ ਆਈ ਹੈ ਜੋ ਹਾਈਕੋਰਟ ਦੇ ਵਿੱਚ ਸਬਮਿਟ ਕੀਤੀ ਗਈ ਉਸਦੇ ਮੁਤਾਬਕ ਸ਼ੁਭਕਰਨ ਦੀ ਮੌਤ ਸ਼ਾਰਟਗਨ ਨਾਲ ਹੋਈ ਹੈ। ਕਿਸਾਨ ਲੀਡਰਾਂ ਨੇ ਕੁਝ ਵੀਡੀਓ ਇਸ ਮੌਕੇ ਦਿਖਾਈਆਂ ਤੇ ਉਹਨਾਂ ਨੇ ਦਾਅਵਾ ਕੀਤਾ ਕਿ ਪੁਲਿਸ ਤੇ ਜਵਾਨਾਂ ਦੇ ਕੋਲ ਵੀ ਸ਼ਾਰਟਗਨ ਸਨ। ਫਾਇਰਿੰਗ ਵਾਲੇ ਦਿਨ ਉਹਨਾਂ ਕਿਹਾ ਕਿ ਕਈ ਮੁਲਾਜ਼ਮ ਸਿਵਲ ਡਰੈਸ 'ਚ ਘੁੰਮਦੇ ਰਹੇ ਔਰ ਹਰਿਆਣਾ ਸਰਕਾਰ ਹੁਣ ਉਹਨਾਂ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
बात है, उन्होंने ये कहा कि अगर ऐसी इन्वेस्टिगेशन होती है तो फिर आगे से पुलिस किसी तरह की फायरिंग करने से हिचकिचाएगी। इसका मतलब क्लियर हो गया कि फायरिंग भी उन्होंने की, हमारे किसान जख्मी किए, हमारा एक किसान शहीद किया, लेकिन उसकी इन्वेस्टिगेशन भी ना हो पाए ठीक ढंग से, उसके लिए वहां तक गए। इसका मतलब क्लियर है कि अपने अधिकारियों के ऊपर शेल्टर करने का पूरा प्रयास किया, शेल्टर देने का हरियाणा गवर्नमेंट की तरफ से। अगर ऐसा है तो फिर उसी हरियाणा गवर्नमेंट के किसी अधिकारी को इन्वेस्टिगेशन देना, तो ये समझ में नहीं आ रहा कि कैसे हो रहा है। वहां से इंसाफ मिलने की उम्मीद नहीं बचती हमारे लोगों को। उधर किसान आगू नवदीप जलबेड़ा नू भी जमानत मिल गई है और हाई कोर्ट तो नवदीप नू जमानत मिली है। नवदीप नू वाटर कैनन बॉय दे नाम नाल जाने जांदा है। जिस वेले किसान अंदोलन दिल्ली वाल कूच कर रहा सी, उस वेले वाटर कैनन दा मूंह मोड़दे हुए नवदीप जलबेड़ा दीयां तस्वीरां कैद होईयां सी। उदों तो ही नवदीप चर्चा दे विच आ गया सी। किसान जथेबंदियां दे विच काफी सरगर्म रहा। पिछले दिन अंबाला पुलिस ने नवदीप नू गिरफ्तार किया सी और हुण नवदीप दी रिहाई लई किसानां वल्लों प्रदर्शन दा वी ऐलान किया होया, पर अज हाई कोर्ट ने नवदीप जलबेड़ा नू जमानत दी। आई जी परमराज सिंह उमरा नंगल की बहाली के मामले के हाई कोर्ट वालों उमरा नंगल की बकाया सैलरी अदा करन दे हुकम दिते गए ने। हाई कोर्ट ने पंजाब सरकार नूं ये पुछया है कि सस्पेंशन दौरान दी बकाया सैलरी जारी क्यों नहीं की गई, और नाल दी नाल ये भी पुछया कि सस्पेंशन दौरान दे बकाया जिहड़े होर बेनीफिट्स ने ओ क्यों नहीं दिते गए। 8 अगस्त का समा दिता हाई कोर्ट ने पंजाब सरकार नूं कि उदों तक जे बकाया राशि जारी ना हुई तां पंजाब दे होम सैकटरी नूं खुद हाई कोर्ट दे विच पेश होना होएगा। हाई कोर्ट दे हुक्मां ते उमरा नंगल दी 11 जुलाई नूं मुड़ बहाली होई सी। ਤੇ ਗੱਲ ਕਰਦੇ ਹਾਂ ਦਲਜੀਤ ਦੋਸਾਂਝ ਦੇ ਕੈਨੇਡਾ 'ਚ ਹੋਏ ਸ਼ੋਅ ਦੀ, ਜਿਸ ਤੋਂ ਬਾਅਦ ਵਿਵਾਦ ਪੰਜਾਬ ਦੇ ਵਿੱਚ ਖੜਾ ਹੋ ਗਿਆ। ਦਰਅਸਲ ਦਲਜੀਤ ਦੋਸਾਂਝ ਦੀ ਜਸਟਿਨ ਟਰੂਡੋ ਨੇ ਤਾਰੀਫ ਕੀਤੀ ਪੰਜਾਬੀ ਕਹਿ ਕੇ, ਤਾਂ ਮਨਜਿੰਦਰ ਸਿਰਸਾ ਨੇ ਸਵਾਲ ਚੱਕ ਦਿੱਤੇ ਕਿ ਉਸਨੂੰ ਭਾਰਤੀ ਕਿਉਂ ਨਹੀਂ ਕਿਹਾ। ਅਤੇ ਹੁਣ ਇਸ ਮਾਮਲੇ 'ਤੇ ਅਕਾਲੀ ਦਲ ਨੇ ਮਨਜਿੰਦਰ ਸਿਰਸਾ ਨੂੰ ਨਸੀਹਤ ਦਿੱਤੀ ਹੈ। ਅਕਾਲੀ ਆਗੂ ਅਤੇ DSGMC ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ GK ਨੇ ਕਿਹਾ ਹੈ ਕਿ ਸਿਰਸਾ ਬਿਨਾਂ ਮਤਲਬ ਦੀ ਕੰਟਰੋਵਰਸੀ ਖੜੀ ਕਰ ਰਹੇ ਨੇ ਔਰ ਆਪਣੇ ਮਾਲਕਾਂ ਨੂੰ ਖੁਸ਼ ਕਰਨ ਲਈ ਸਿਰਸਾ ਨੇ ਇਹ ਬਿਆਨ ਦਿੱਤਾ ਹੈ। ਉਧਰ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਵੀ ਸਿਰਸਾ 'ਤੇ ਅਟੈਕ ਕੀਤਾ। ਉਹਨਾਂ ਕਿਹਾ ਕਿ ਦਲਜੀਤ ਪੰਜਾਬ ਦਾ ਪੁੱਤ ਹੈ ਅਤੇ ਭਾਰਤੀ ਵੀ ਹੈ, ਪਰ ਅਸੀਂ ਸਭ ਤੋਂ ਪਹਿਲਾਂ ਪੰਜਾਬੀ ਹਾਂ। ਉਹਨਾਂ ਕਿਹਾ ਕਿ ਤੁਸੀਂ ਦਿੱਲੀ ਜ਼ਿੰਦਾਬਾਦ ਕਹਿਣੀ ਹੈ ਤਾਂ ਕਹੋ,
ਟਰੂਡੋ ਨੇ ਦਲਜੀਤ ਨੂੰ ਪੰਜਾਬੀ ਕਿਹਾ, ਤੁਹਾਨੂੰ ਇਸ ਤੇ ਇਤਰਾਜ਼ ਕਿਸ ਗੱਲ ਦਾ ਹੈ? ਸਗੋਂ ਖੁਸ਼ੀ ਮਨਾਉਣੀ ਚਾਹੀਦੀ ਹੈ ਕਿ ਪੰਜਾਬ ਦੇ ਨੌਜਵਾਨ ਦੀ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤਾਰੀਫ ਕੀਤੀ ਹੈ। ਇਸੇ ਵਿਚਾਲੇ ਸੁਖਬੀਰ ਸਿੰਘ ਬਾਦਲ ਨੇ ਵੀ ਦਲਜੀਤ ਦੋਸਾਂਝ ਨੂੰ ਟੈਗ ਕਰਕੇ ਲਿਖਿਆ ਹੈ, ਪ੍ਰਾਊਡ ਆਫ ਯੂ ਦਲਜੀਤ ਦੋਸਾਂਝ ਕੀ ਪਿਟਾ। ਦੱਸ ਦਈਏ ਕਿ ਕੈਨੇਡਾ 'ਚ ਦਲਜੀਤ ਦੇ ਕੰਸਰਟ ਤੋਂ ਪਹਿਲਾਂ ਟਰੂਡੋ ਉਹਨਾਂ ਨੂੰ ਮਿਲੇ ਸੀ, ਜਿਸ ਦੀ ਵੀਡੀਓ ਟਵੀਟ ਕਰਦਿਆਂ ਟਰੂਡੋ ਨੇ ਲਿਖਿਆ ਸੀ ਕਿ ਪੰਜਾਬ ਦਾ ਇੱਕ ਨੌਜਵਾਨ ਇਤਿਹਾਸ ਬਣਾ ਰਿਹਾ ਤੇ ਸਟੇਡੀਅਮ ਦੇ ਵੱਡੇ ਸ਼ੋਅ ਸੋਲਡ ਆਊਟ ਹੋ ਰਹੇ ਨੇ। ਟਰੂਡੋ ਦੇ ਇਸ ਬਿਆਨ ਤੇ ਸਿਰਸਾ ਨੇ ਇਤਰਾਜ਼ ਜਿਤਾਉਂਦਿਆਂ ਕਿਹਾ ਸੀ ਕਿ ਦਲਜੀਤ ਨੂੰ ਪੰਜਾਬ ਦੀ ਬਜਾਏ ਭਾਰਤ ਦੇ ਨੌਜਵਾਨ ਵਜੋਂ ਸੰਬੋਧਨ ਕਰਨਾ ਚਾਹੀਦਾ ਸੀ। ਦੇਖੋ, ਸਿਰਸਾ ਸਾਹਿਬ ਦਾ ਤੇ ਇੱਕੋ ਕੰਮ ਹੈਗਾ ਕਿ ਉਹਨੇ ਆਪਣੇ ਆਕਾਵਾਂ ਨੂੰ ਕਿੱਦਾਂ ਖੁਸ਼ ਕਰਨਾ। ਮੈਂ ਪੁੱਛਣਾ ਚਾਹੁੰਦਾ ਵਾਂ ਕਿ ਅੱਜ ਅਸੀਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਕੀ ਕਹਿੰਦੇ ਹਾਂ? ਗੁਜਰਾਤੀ ਨੇ ਅਤੇ ਮੈਨੂੰ ਕੀ ਕਿਹਾ ਜਾਏਗਾ? ਮੈਂ ਪੰਜਾਬੀ ਹਾਂ। ਇਹਦਾ ਇਹ ਮਤਲਬ ਤਾਂ ਨਹੀਂ ਕਿ ਮੈਂ ਭਾਰਤੀ ਨਹੀਂ ਹਾਂ। ਗੁਜਰਾਤ ਕਿੱਥੇ ਹੈ? ਭਾਰਤ 'ਚ ਹੈ। ਪੰਜਾਬ ਕਿੱਥੇ ਹੈ? ਭਾਰਤ 'ਚ ਹੈ। ਇਸ ਕਰਕੇ ਬੇਲੋੜੀ ਕੰਟਰੋਵਰਸੀ ਕਰਨੀ, ਤੁਸੀਂ ਐਪਰੀਸ਼ੀਏਟ ਕਰੋ ਕਿ ਇੱਕ ਬੱਚਾ ਪੰਜਾਬ ਦਾ, ਇੱਕ ਬੱਚਾ ਜਿਹੜਾ ਹਿੰਦੁਸਤਾਨ ਦਾ, ਉਸਨੇ ਜਾ ਕੇ ਪੂਰਾ ਸਟੇਡੀਅਮ ਉਹਦੇ ਨਾਂ ਦੇ ਉੱਤੇ ਭਰ ਜਾਂਦਾ। ਦੁਨੀਆ 'ਚ ਅੱਜ ਪੰਜਾਬੀਅਤ ਦੀ ਚੜ੍ਹਦੀ ਕਲਾ ਕਰਦਾ ਪਿਆ। ਮੈਂ ਸਮਝਦਾ ਵਾਂ ਬੇਲੋੜੀ ਕੰਟਰੋਵਰਸੀ ਕਰਦੇ ਨੇ, ਗਲਤ ਕਰਦੇ ਨੇ, ਆਪਣੇ ਮਾਲਕਾਂ ਨੂੰ ਖੁਸ਼ ਕਰਨ ਦੀ ਗੱਲ ਕਰਦੇ ਨੇ, ਤੱਥਾਂ ਤੋਂ ਪਰੇ ਜਾ ਕੇ ਗੱਲ ਕਰਦੇ। ਪੰਜਾਬੀ ਅਸੀਂ ਪਹਿਲਾਂ ਭਾਰਤ ਦੇ ਰਾਸ਼ਟਰੀ ਗੀਤ ਦੇ ਵਿੱਚ ਵੀ ਪੰਜਾਬ, ਸਿੰਧ, ਗੁਜਰਾਤ, ਮਰਾਠਾ, ਪੰਜਾਬ ਪਹਿਲਾਂ ਆਉਂਦਾ। ਇਹ ਭਾਰਤ ਦੇਸ਼ ਸੂਬਿਆਂ ਅਤੇ ਭਾਸ਼ਾਵਾਂ ਨੂੰ ਰਲਾ ਕੇ ਹੀ ਬਣਿਆ ਅਤੇ ਪੰਜਾਬ ਸੂਬਾ ਭਾਰਤ ਵਿੱਚ ਹੀ ਆਉਂਦਾ। ਪੰਜਾਬ ਦਾ ਪੁੱਤ ਕਹਿਣ 'ਤੇ ਵੀ ਕੋਈ ਭਾਰਤ ਦੀ ਹੇਠੀ ਨਹੀਂ ਹੋ ਗਈ। ਪਰ ਇਹ ਤੁਹਾਡੀ ਮਾਨਸਿਕਤਾ ਦੱਸਦੀ ਹੈ ਅਤੇ ਬੀਜੇਪੀ ਦੀ ਸੋਚ ਦੱਸਦੀ ਹੈ ਕਿ ਅੱਜ ਦੀ ਬੀਜੇਪੀ ਕੀ ਸੋਚ ਰਹੀ ਹੈ। ਇਕੱਲਾ ਇਕੱਲਾ ਪੰਜਾਬੀ ਤੁਹਾਤੋਂ ਇਹ ਸਵਾਲ ਜ਼ਰੂਰ ਕਰੂਗਾ, ਜਵਾਬ ਮੰਗੂਗਾ, ਪੰਜਾਬ ਪੰਜਾਬੀਅਤ ਜ਼ਿੰਦਾਬਾਦ। ਅਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਪ੍ਰੋਜੈਕਟਾਂ 'ਤੇ PWD ਮੰਤਰੀ ਹਰਭਜਨ ਸਿੰਘ ETO ਨੇ ਨਿਊਜ਼ 18 ਨਾਲ ਗੱਲਬਾਤ ਕੀਤੀ ਹੈ। ਦਰਅਸਲ ਉਹਨਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਕੋਲ ਪੰਜਾਬ ਦਾ ਮੁੱਦਾ ਚੁੱਕਿਆ। ਪੰਜਾਬ 'ਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਯਾਨੀ NHAI ਦੇ ਪ੍ਰੋਜੈਕਟਾਂ ਬਾਰੇ ਰਿਵਿਊ ਕੀਤਾ ਗਿਆ ਹੈ। NHAI ਨੇ ਪੰਜਾਬ ਸਰਕਾਰ ਨੂੰ ਕੋਈ ਅਲਟੀਮੇਟਮ ਨਹੀਂ ਦਿੱਤਾ। NHAI ਵੱਲੋਂ ਪੰਜਾਬ ਨੂੰ ਅਲਟੀਮੇਟਮ ਦੇਣ ਦੀਆਂ ਖਬਰਾਂ ਬੇਬੁਨਿਆਦ ਨੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਾਈਵੇ ਦੇ ਲਈ NHAI ਨੂੰ ਜ਼ਮੀਨ ਦੇ ਰਹੀ ਹੈ। 1150 ਕਿਲੋਮੀਟਰ ਦੇ ਲਈ ਇਹ ਜ਼ਮੀਨ ਦੇਣੀ ਸੀ, 975 ਕਿਲੋਮੀਟਰ ਦੇ ਲਈ ਜ਼ਮੀਨ ਦਿੱਤੀ ਜਾ ਚੁੱਕੀ ਹੈ ਅਤੇ 80% ਲੋਕਾਂ ਨੂੰ ਪੈਸੇ ਵੀ ਦਿੱਤੇ ਜਾ ਚੁੱਕੇ ਨੇ। ਉਹਨਾਂ ਕਿਹਾ ਕਿ 2 ਮਹੀਨੇ ਬਾਅਦ ਮੁੜ ਰਿਵਿਊ ਮੀਟਿੰਗ ਹੋਏਗੀ। NHAI ਅਤੇ ਪੰਜਾਬ ਸਰਕਾਰ ਦੋਵੇਂ ਤਾਲਮੇਲ ਨਾਲ ਕੰਮ ਕਰ ਰਹੇ ਹਨ। ਮੀਟਿੰਗ ਬੁਲਾਈ ਸੀਗੀ PWD ਵਿਭਾਗ ਦੀ, ਪਰ ਉਹਦੇ ਵਿੱਚ ਸਾਰੇ ਹੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਉਹਨਾਂ ਦੇ ਅਧਿਕਾਰੀ ਸਾਹਿਬਾਨ ਐਂਡ ਸੈਂਟਰਲ ਗਵਰਨਮੈਂਟ ਦੇ ਅਧਿਕਾਰੀ ਵੀ ਬੈਠੇ ਸੀਗੇ, ਔਰ ਬੜੇ ਕੋਰਡੀਅਲ ਮਾਹੌਲ ਦੇ ਵਿੱਚ ਜਿਹੜੀ ਆ ਉਹ ਮੀਟਿੰਗ ਹੋਈ। ਔਰ ਸਾਡੇ ਜਿਹੜੇ ਜਿੰਨੇ ਪ੍ਰੋਜੈਕਟ ਚੱਲ ਰਹੇ ਨੇ NHAI ਦੇ, ਸਾਰਿਆਂ ਦਾ 1 by 1 ਰਿਵਿਊ ਕੀਤਾ ਗਿਆ। ਔਰ ਸਾਡੇ ਕੋਲੋਂ ਕੁਝ ਕੁ ਜਿਹੜੀ ਹੈਗੀ ਸੀਗੀ ਜ਼ਮੀਨ ਅਕੁਆਇਰ ਕਰਕੇ ਅਸੀਂ ਦੇਣੀ ਆ ਪੰਜਾਬ ਗਵਰਨਮੈਂਟ ਨੇ,
ਉਹਦੇ ਵਿੱਚ ਕਾਫੀ ਪ੍ਰੋਗਰੈਸ ਸੀਗੀ ਪਹਿਲਾਂ ਨਾਲੋਂ। ਪਹਿਲਾਂ ਤਾਂ ਕੁਛ ਸਮਾਂ ਕਰਕੇ ਕੰਮ ਜਿਹੜਾ ਉਹ ਰੁਕਿਆ ਰਿਹਾ ਡਿਊਰਿੰਗ ਇਲੈਕਸ਼ਨ, ਕਿਉਂਕਿ ਜਿਹੜੇ ਡਿਸਬਰਸਮੈਂਟ ਕਰਨ ਵਾਲੇ ਅਧਿਕਾਰੀ ਹੁੰਦੇ ਨੇ ਆਮ ਤੌਰ 'ਤੇ ਜਿਹੜੇ ਆ ਉਹ ਲੱਗ ਜਾਂਦੇ ਨੇ ਰਿਟਰਨਿੰਗ ਅਫਸਰ ਜਾਂ ਅਸਿਸਟੈਂਟ ਰਿਟਰਨਿੰਗ ਅਫਸਰ, ਇਸ ਕਰਕੇ ਕੰਮ ਥੋੜ੍ਹੇ ਜਿਹੇ ਪ੍ਰਭਾਵਿਤ ਹੋਏ ਨੇ। ਪਰ ਓਵਰਆਲ ਪਰਫਾਰਮੈਂਸ ਪੰਜਾਬ ਦੀ ਜਿਹੜੀ ਆ ਬਹੁਤ ਵਧੀਆ। 1150 ਕਿਲੋਮੀਟਰ ਅਸੀਂ ਕੁੱਲ ਜ਼ਮੀਨ ਜਿਹੜੀ ਆ ਉਹ ਅਕਵਾਇਰ ਕਰਕੇ ਦੇਣੀ ਸੀਗੀ, ਜਿਹਦੇ ਵਿੱਚੋਂ ਅਸੀਂ ਆਲਮੋਸਟ 975 ਕਿਲੋਮੀਟਰ ਜਿਹੜੀ ਆਲਰੇਡੀ ਜ਼ਮੀਨ ਅਕਵਾਇਰ ਕਰਕੇ NHAI ਨੂੰ ਹੈਂਡ ਓਵਰ ਜਿਹੜੀ ਆ ਉਹ ਕਰ ਚੁੱਕੇ ਹਾਂ। ਜਿੱਥੋਂ ਤੱਕ ਡਿਸਬਰਸਮੈਂਟ ਦਾ ਸਵਾਲ ਆ, 17,325 ਕਰੋੜ ਰੁਪਇਆ ਜਿਹੜਾ ਆ ਉਹ ਡਿਸਬਰਸ ਕਰਨਾ ਸੀਗਾ ਲੈਂਡ ਓਨਰਸ ਨੂੰ, ਜਿਹਦੇ ਵਿੱਚੋਂ ਵੀ ਅਸੀਂ 80% ਡਿਸਬਰਸਮੈਂਟ ਜਿਹੜੀ ਆ ਆਲਰੇਡੀ ਕਰ ਚੁੱਕੇ ਹਾਂ। 13,626 ਕਰੋੜ ਰੁਪਏ ਦੀ ਡਿਸਬਰਸਮੈਂਟ ਹੋ ਚੁੱਕੀ ਆ। ਲੇਕਿਨ ਖਬਰਾਂ ਇਹ ਵੀ ਆਈਆਂ ਕਿ ਨੈਸ਼ਨਲ NHAI ਇੰਨਾ ਨਾਰਾਜ਼ ਖਫਾ ਨਜ਼ਰ ਆਇਆ ਕਿ ਉਨ੍ਹਾਂ ਨੇ ਅਲਟੀਮੇਟਮ ਦਿੱਤਾ, ਚੇਤਾਵਨੀ ਦੇ ਦਿੱਤੀ ਕਿ ਜੇ ਇੰਨਾ ਢਿੱਲਾ ਰਵੱਈਆ ਅਧਿਕਾਰੀਆਂ ਦਾ ਰਹੇਗਾ ਤਾਂ ਫਿਰ ਅਸੀਂ ਪ੍ਰੋਜੈਕਟ ਸੈਂਟਰ ਤੇ ਬੰਦ ਕਰ ਦਾਂਗੇ, ਅਸੀਂ ਪੰਜਾਬ ਚ ਕਈ ਸਾਰੇ ਪ੍ਰੋਜੈਕਟ ਬੰਦ ਕਰਾਂਗੇ ਆਉਣ ਵਾਲੇ ਦਿਨਾਂ ਤੇ। ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਆ, ਕੋਈ ਕਿਸੇ ਤਰ੍ਹਾਂ ਦਾ ਕੋਈ ਅਲਟੀਮੇਟਮ ਜਿਹੜਾ ਆ ਉਹ ਨਹੀਂ ਦਿੱਤਾ ਗਿਆ। ਇਹ ਜਿਹੜੀ ਖਬਰ ਆ ਉਹ ਬੇਬੁਨਿਆਦ ਆ। ਹਾਂ, ਇਹ ਗੱਲ ਹੈਗੀ ਆ ਕਿ ਕੰਮ ਦੇ ਵਿੱਚ ਅਸੀਂ ਤੇਜ਼ੀ ਲਿਆਉਣ ਵਾਸਤੇ ਕਿਹਾ, ਕਿਉਂਕਿ ਰੋਡ ਜਿਹੜਾ ਹੈਗਾ ਆ ਰੋਡਸ ਦਾ ਜਾਲ ਵਿਛਾਉਣਾ ਇਹ ਸਟੇਟ ਦੇ ਵਾਸਤੇ ਬਹੁਤ ਇੱਕ ਲਾਈਫ ਲਾਈਨ ਹੁੰਦੀ ਆ, ਸਟੇਟ ਦੀ ਇਕਾਨਮੀ ਵੀ ਇੰਪਰੂਵ ਹੁੰਦੀ ਆ, ਕਨੈਕਟੀਵਿਟੀ ਜਿਹੜੀ ਆ ਉਹ ਵੱਧਦੀ ਆ, ਜਿਹੜੀ ਗਰੋਥ ਆ ਉਹ ਡਿਪੈਂਡ ਕਰਦੀ ਆ ਕਿ ਤੁਹਾਡੀ ਸਟੇਟ ਦੇ ਵਿੱਚ ਰੋਡਸ ਕਿੰਨੀਆਂ ਨੇ, ਕਿਸ ਤਰ੍ਹਾਂ ਦੀਆਂ ਨੇ। ਸੋ ਅਸੀਂ ਵੀ ਚਾਹੁੰਦੇ ਹਾਂ ਕਿ ਉਹਨਾਂ ਰੋਡਸ ਨੂੰ ਬਹੁਤ ਜਲਦ ਜਿਹੜਾ ਆ ਉਹ ਬਣਾ ਕੇ ਲੋਕਾਂ ਦੇ ਸਪੁਰਦ ਕੀਤਾ ਜਾਵੇ ਔਰ ਵੱਧ ਤੋਂ ਵੱਧ ਲੋਕ ਜਿਹੜੇ ਨੇ ਉਹਦਾ ਫਾਇਦਾ ਉਠਾ ਸਕਣ। ਸੋ ਜਿੱਥੋਂ ਤੱਕ ਤੁਸੀਂ ਕਹਿ ਰਹੇ ਹੋ ਨਿਤਿਨ ਗਡਕਰੀ ਸਾਹਿਬ ਨੇ ਇਹੋ ਜਿਹੀ ਕੋਈ ਜਿਹੜਾ ਅਲਟੀਮੇਟਮ ਨਹੀਂ ਦਿੱਤਾ, ਬਾਕੀ ਸਾਡੀਆਂ ਰਿਵਿਊ ਮੀਟਿੰਗਸ ਸੈਂਟਰ ਦੇ ਨਾਲ ਚੱਲਦੀਆਂ ਰਹਿੰਦੀਆਂ ਨੇ, ਜਿਵੇਂ ਹੁਣ ਮੀਟਿੰਗ ਹੋਈ ਆ, 2 ਮਹੀਨੇ ਬਾਅਦ ਫਿਰ ਮੀਟਿੰਗ ਹੋਏਗੀ, ਫਿਰ ਨੈਕਸਟ 2-3 ਮਹੀਨੇ ਬਾਅਦ ਮੀਟਿੰਗ ਹੋਏਗੀ। ਤੇ ਖਬਰ ਜੰਮੂ ਕਸ਼ਮੀਰ ਤੋਂ, ਜਿੱਥੇ ਡੋਡਾ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਜਿਸ 'ਚ ਫੌਜ ਦੇ ਕੈਪਟਨ ਸਮੇਤ 5 ਜਵਾਨ ਸ਼ਹੀਦ ਹੋ ਗਏ। ਸ਼ਹੀਦਾਂ 'ਚ ਜੰਮੂ ਕਸ਼ਮੀਰ ਪੁਲਿਸ ਦਾ ਇੱਕ ਜਵਾਨ ਵੀ ਸ਼ਾਮਿਲ ਹੈ। ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਕੈਪਟਨ ਬ੍ਰਿਜੇਸ਼ ਥਾਪਾ, ਨਾਇਕ ਡੀ ਰਾਜੇਸ਼, ਸਿਪਾਹੀ ਵਿਜੇਂਦਰ, ਸਿਪਾਹੀ ਅਜੇ, ਇਹ ਸ਼ਹੀਦ ਹੋਏ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਰਮੀ ਚੀਫ਼ ਉਪਿੰਦਰ ਦਿਵੇਦੀ ਦੇ ਨਾਲ ਗੱਲਬਾਤ ਕੀਤੀ ਅਤੇ ਡੋਡਾ ਐਨਕਾਊਂਟਰ ਦੀ ਜਾਣਕਾਰੀ ਲਈ। ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕੀਤੀ ਹੋਈ ਹੈ। ਪਿਛਲੇ 34 ਦਿਨਾਂ ਦੇ ਵਿੱਚ ਡੋਡਾ ਦੇ ਵਿੱਚ ਇਹ 5ਵਾਂ ਐਨਕਾਊਂਟਰ। Intelligence agencies has been established. Clear guidelines have been enunciated towards ensuring no collateral damage and disruption in day-to-day life of the locals in the area. Close interaction. Kya bol sakte hain, mere ko kya reaction to kya ho sakta hai na, hame apne beta ko gumi kar diya, abhi to aayega bhi nahi kabhi wo wapas, matlab kab pata chala? ਕੱਲ੍ਹ ਰਾਤ ਨੂੰ ਪਤਾ ਚੱਲਿਆ, 11 o'clock ਕੋ। ਉਹ ਤਾਂ ਬਹੁਤ ਹੀ ਡਿਸੈਂਟ ਥਾ ਔਰ ਐਸੇ ਮਤਲਬ ਕੰਪਲੇਂਟ ਕਭੀ ਨਹੀਂ ਕਰਤਾ ਥਾ, ਉਸੇ ਕੰਪਲੇਂਟ ਕਰਦੇ ਨਾ ਲੋਕ ਐਸੇ ਤਾਂ ਐਸੇ ਨਹੀਂ ਥਾ, ਉਹ ਇਜ਼ ਅ ਵੈਰੀ ਡਿਸੈਂਟ ਗਾਏ। ਤੋ ਇਸ ਆਰਮੀ ਮੈਂ ਜਾਣਾ ਵੀ ਥਾ ਤੋ ਬਤਾ ਵੀ ਰੱਖਾ ਥਾ ਹਮ ਲੋਕ ਨੇ ਕਿ ਆਰਮੀ ਮੈਂ ਜ਼ਿਆਦਾ ਲਾਈਫ ਟਫ ਹੋਤਾ ਹੈ, ਕਿਉਂਕਿ ਉਸਨੇ ਦੇਖਾ ਹੋਇਆ ਆਪਣੇ ਪਾਪਾ ਕੋ, ਹਮਨੇ ਬੋਲਾ ਕਿ ਤੁਮ ਜਾਂ ਤਾਂ ਨੇਵੀ ਮੈਂ ਜਾਓ ਜਾਂ ਇੱਥੇ, ਬਟ ਉਸਨੇ ਉਹੀ ਫਿਰ ਆਰਮੀ ਮੈਂ ਜਾਣੇ ਕੇ ਲਈ ਸੋਚਾ। ਫਿਰ ਮੰਮੀ ਹੈ, ਆਪ ਸ਼ਹੀਦ ਹੁਆ ਹੈ, ਆਪਕਾ ਲੜਕਾ ਦੇਸ਼ ਕੇ ਸਾਥ ਲੜਾਈ ਕਰਤੇ ਹੋਏ ਸ਼ਹੀਦ ਹੁਆ ਹੈ ਦੇਸ਼ ਕੇ ਲੀਏ, ਕਿਆ ਕਹਿਣਾ ਚਾਹੇਂਗੇ? ਗਰਵ ਮਹਿਸੂਸ ਕਰੇ ਯਾ
गर्व तो होता है ना, देश के लिए, देश के लिए कुछ किया होते हैं ना, तो देश के लिए तो कुछ किया हुआ तो गर्व तो होता ही है। ये है कि उसके अलावा फिर उसको हमने, अभी वो हमसे दूर गए ना काफ़ी, उसके लिए भी हो सकता है वो तो करना तो चाहिए। अभी वो तो करेंगे, गवर्नमेंट करेंगे भी, अभी ऐसा तो नहीं है कि गवर्नमेंट ऐसे बैठेंगे, वो लोग करेंगे। ऐसे भी कल से ज़्यादा डिप्लॉय हो रखा है वहाँ पर। ਤੇ ਗੱਲ ਰਿਪਬਲਿਕਨ ਪਾਰਟੀ ਦੇ ਆਗੂ ਹਰਮੀਤ ਢਿੱਲੋਂ ਦੀ। ਹਰਮੀਤ ਢਿੱਲੋਂ ਵੱਲੋਂ ਸਿੱਖਾਂ ਦਾ ਮਾਣ ਵਧਾਇਆ ਗਿਆ ਹੈ US ਦੇ ਵਿੱਚ, ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੇ ਵਿੱਚ ਉਹਨਾਂ ਵੱਲੋਂ ਅਰਦਾਸ ਕੀਤੀ ਗਈ। ਡੋਨਲਡ ਟਰੰਪ ਦੀ ਮੌਜੂਦਗੀ ਦੇ ਵਿੱਚ ਉਹਨਾਂ ਨੇ ਅਰਦਾਸ ਕੀਤੀ। ਹਰਮੀਤ ਢਿੱਲੋਂ ਨੇ ਦੁਪੱਟੇ ਨਾਲ ਆਪਣਾ ਸਿਰ ਢੱਕਿਆ। ਹਰਮੀਤ ਢਿੱਲੋਂ ਰਿਪਬਲਿਕਨ ਪਾਰਟੀ ਦੇ ਆਗੂ ਨੇ। ਚੰਡੀਗੜ੍ਹ ਦਾ ਹਰਮੀਤ ਢਿੱਲੋਂ ਹੋਰਾਂ ਦਾ ਜਨਮ। ਤੂੰ ਠਾਕਰ ਤੁਮ ਪੇ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ ਕਿ ਰਿਪਬਲਿਕਨ ਕਨਵੈਨਸ਼ਨ ਸੈਂਟਰ 'ਚ ਹਰਮੀਤ ਢਿੱਲੋਂ ਨੂੰ ਅਰਦਾਸ ਕਰਦਿਆਂ ਵੇਖ ਕੇ ਮਾਣ ਮਹਿਸੂਸ ਹੋਇਆ। ਇਹ ਸਿੱਖ ਭਾਈਚਾਰੇ ਲਈ ਮਾਣ ਵਾਲਾ ਪਲ ਹੈ ਜਦੋਂ ਅਸੀਂ ਇੱਕ ਮੰਤਰੀ ਮੰਚ 'ਤੇ ਆਪਣੀ ਵਿਰਾਸਤ ਦਾ ਜਸ਼ਨ ਮਨਾ ਰਹੇ ਹਾਂ। ਹਰਮੀਤ ਢਿੱਲੋਂ ਨੇ ਹਰ ਸਿੱਖ ਨੂੰ ਮਾਣ ਮਹਿਸੂਸ ਕਰਵਾਇਆ। ਗੁਰੂ ਸਾਹਿਬ ਤੁਹਾਨੂੰ ਹੋਰ ਆਸ਼ੀਰਵਾਦ ਦੇ। ਅਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ED ਦੀ ਰੇਡ ਹੋਈ ਫਰੀਦਕੋਟ ਦੇ ਵਿੱਚ, ਔਰ ਦੀਪ ਮਲਹੋਤਰਾ ਦੇ ਘਰੋਂ 38 ਲੱਖ ਰੁਪਏ ਜ਼ਬਤ ਕੀਤੇ ਗਏ। ਕਰੀਬ 10.5 ਘੰਟੇ ਤੱਕ ED ਦੀ ਇਹ ਰੇਡ ਚੱਲੀ ਹੈ। ਸਵੇਰੇ ਅਰਲੀ ਮਾਰਨਿੰਗ ED ਦੇ ਅਧਿਕਾਰੀ ਦੀਪ ਮਲਹੋਤਰਾ ਦੇ ਫਰੀਦਕੋਟ ਘਰ ਅਤੇ ਉਹਨਾਂ ਦੀ ਜਿਹੜੀ ਫੈਕਟਰੀ ਹੈ ਉੱਥੇ ਛਾਪੇਮਾਰੀ ਕਰਨ ਪਹੁੰਚੇ ਸੀ, ਔਰ ਕਰੀਬ 10 ਘੰਟੇ ਇਹ ਰੇਡ ਚੱਲਦੀ ਰਹੀ, ਔਰ 38 ਲੱਖ ਰੁਪਏ ਕੈਸ਼ ED ਦੇ ਅਧਿਕਾਰੀਆਂ ਨੇ ਉੱਥੋਂ ਜ਼ਬਤ ਕੀਤੇ। ਦੇਖੋ, ਫਰੀਦਕੋਟ ਵਿੱਚ ਸੁਬਹਾ 6 ਵਜੇ ਤੋਂ ਸਾਬਕਾ ਵਿਧਾਇਕ ਦੀਪ ਮਲਹੋਤਰਾ ਨੇ ਉਹਨਾਂ ਦੇ ਟਿਕਾਣਿਆਂ 'ਤੇ ED ਦੀ ਰੇਡ ਹੈ ਜਿਹੜੀ ਉਹ ਕੀਤੀ ਗਈ ਸੀ। ਦੱਸ ਦਈਏ ਕਿ ਅੱਜ ਵੀ ਉੱਥੇ ਨੇ ਦਫ਼ਤਰ ਦੇ ਜਿਹੜੇ ਆ ਸਾਬਕਾ ਵਿਧਾਇਕ ਨੇ, ਸ਼ਰਾਬ ਦੇ ਕਾਰੋਬਾਰੀ ਨੇ, ਉੱਥੇ ਜਿਹੜੀ ਰੇਡ ED ਦੀ ਲਗਾਤਾਰ ਜਿਹੜੀ ਉਹ ਚੱਲ ਰਹੀ ਸੀ, ਲੇਕਿਨ ਹੁਣ ਜਿਹੜੇ ED ਦੇ ਅਧਿਕਾਰੀ ਨੇ, ਮੁਲਾਜ਼ਮ ਜਿਹੜੇ ਅਧਿਕਾਰੀ ਨੇ, ਉੱਥੋਂ ਚਲੇ ਗਏ ਨੇ, ਕਿਉਂਕਿ ਸੁਬਹਾ 6 ਵਜੇ ਤੋਂ ਚੱਲ ਰਹੀ ਸੀ। 4 ਵਜੇ ਦੇ ਕਰੀਬ ਹੈ ਜਿਹੜੀ ਉਹ ਰੇਡ, ਹੁਣ 4:30 ਖਤਮ ਹੁੰਦੀ ਹੈ। ਕਰੀਬ 10 ਤੋਂ 11 ਘੰਟੇ ਇਹ ਰੇਡ ਚੱਲਦੀ ਹੈ। ਤਾਂ ਹੁਣ ਦੱਸ ਦਈਏ ਕਿ 38 ਲੱਖ ਰੁਪਇਆ ਜਿਹੜੇ ਸਾਡੇ ਸੋਰਸਿਸ ਦੱਸ ਨੇ ਕਿ 38 ਲੱਖ ਰੁਪਇਆ ਕੈਸ਼ ਹੈ ਜਿਹੜਾ ਉਹ ਲੈ ਕੇ ਚਲੇ ਗਏ ਨੇ, ਅਤੇ ਇੱਥੋਂ ਹੋਰ ਡਾਕੂਮੈਂਟ ਹੈ ਉਹ ਵੀ ਨਾਲ ਲੈ ਕੇ ਜਿਹੜੇ ED ਦੇ ਅਧਿਕਾਰੀ ਉੱਥੋਂ ਲੈ ਕੇ ਚਲੇ ਗਏ ਨੇ। ਅਤੇ ਸਭ ਤੋਂ ਵੱਡੀ ਜਾਣਕਾਰੀ ਹੈ ਕਿ ਇੱਥੋਂ ਇੱਕ ਅਲਮਾਰੀ ਆ ਉਹਦੀ ਚਾਬੀ ਹੈ ਜਿਹੜੀ, ਉਹ ਵੀ ED ਅਧਿਕਾਰੀ ਜਿਹੜੇ ਨੇ ਆਪਣੇ ਨਾਲ ਲੈ ਗਏ ਨੇ, ਕਿਉਂਕਿ ਦੱਸਿਆ ਨਹੀਂ ਗਿਆ, ਕਿਉਂਕਿ ਇੱਥੇ ਜਿਹੜੇ ਮੁਲਾਜ਼ਮ ਸੀ ਉਹਨਾਂ ਤੋਂ ਪੰਚਨਾਮਾ ਇੱਕ ਦੇ ਕੇ ਗਏ ਨੇ, ਜੋ ਡਾਕੂਮੈਂਟ ਸੀ ਉਹ ਵੀ ਇੱਥੋਂ ਦੇ ਕੇ ਗਏ ਨੇ। ਤਾਂ ED ਦੀ ਰੇਡ ਸੁਬਹਾ ਤੋਂ ਜਿਹੜੇ ਨੇ ਸਾਬਕਾ ਵਿਧਾਇਕ ਸ਼ਰਾਬ ਦੇ ਕਾਰੋਬਾਰੀ ਨੇ ਉਹਨਾਂ ਦੇ ਚੱਲ ਰਹੀ ਸੀ, ਅਤੇ ਕਈ ਟਿਕਾਣਿਆਂ 'ਤੇ ਜਿਹੜੀ ਰੇਡ ਹੈ ਲਗਾਤਾਰ ED ਕਰ ਰਹੀ ਸੀ। ਅਤੇ ਕਿਉਂ ਦੱਸ ਕਿ ਲਗਾਤਾਰ 57 ਜਿਹੜਾ ਇਹ ਸਾਬਕਾ ਵਿਧਾਇਕ ਦੀਪ ਮਲਹੋਤਰਾ 'ਤੇ ਕੱਸਿਆ ਜਾ ਰਿਹਾ, ਅਤੇ ਹੁਣ ਜਿਹੜੇ 38 ਲੱਖ ਰੁਪਏ ਕੈਸ਼ ਜਿਹੜੇ ਸੋਰਸ ਸਾਡੇ ਦੱਸ ਰਹੇ ਨੇ ਉਹ ਜਿਹੜੇ ED ਦੇ
ਅਧਿਕਾਰੀ ਨੇ ਉਹ ਨਾਲ ਲੈ ਕੇ ਗਏ ਨੇ।